ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਵਾਲੀ ਦਰਜੀ ਦੀ ਧੀ ਵੀ ਸਨਮਾਨਿਤ ਹੋਵੇਗੀ ਰਾਜਪਾਲ ਦੇ ਹੱਥੋਂ। ਬਿਲਕੁਲ ਸਰਕਾਰੀ ਸਕੂਲਾਂ ਦੇ ਵਿੱਚ 8ਵੀਂ ਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਜ਼ਿਲ੍ਹੇ ਦੇ 12 ਬੱਚਿਆਂ ਨੂੰ ਰਾਜਪਾਲ ਵੱਲੋਂ 16 ਜੁਲਾਈ ਯਾਨੀ ਕਿ ਅੱਜ ਪੰਜਾਬ ਰਾਜ ਭਵਨ ਦੇ ਵਿੱਚ ਸਨਮਾਨਿਤ ਕੀਤਾ ਜਾਏਗਾ ਤਾਂ ਬੱਚਿਆਂ ਨੂੰ ਰਾਜਭਵਨ ਤੱਕ ਲੈ ਜਾਣ ਤੇ ਵਾਪਸ ਲਿਆਉਣ ਤੱਕ ਦੀ ਜ਼ਿੰਮੇਵਾਰੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੋਡਲ ਅਫਸਰ ਬਣਾ ਕੇ ਦਿੱਤੀ ਗਈ ਹੈ। 7ਵੀਂ ਜਮਾਤ 600 ਵਿੱਚੋਂ 592 ਨੰਬਰ ਲੈ ਕੇ 8ਵਾਂ ਸਥਾਨ ਹਾਸਲ ਕਰਨ ਵਾਲੀ ਪੱਲਵੀ 8ਵੀਂ ਜਮਾਤ ਜ਼ਿਲ੍ਹੇ ਦੇ ਵਿੱਚੋਂ ਮੈਰਿਟ ਹਾਸਲ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਚ ਸ਼ਾਮਿਲ ਹੈ ਤਾਂ ਮਾਪਿਆਂ ਨੂੰ ਇਸ ਬੱਚੀ ਤੇ ਨਾਜ਼ ਹੁੰਦਾ ਹੈ, ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੀ ਬੱਚੀ ਸਰਕਾਰੀ ਸਕੂਲ ਦੇ ਵਿੱਚੋਂ ਨਿਕਲ ਕੇ ਕਿਵੇਂ ਮਾਪਿਆਂ ਦਾ ਨਾਂ ਜਿਹੜਾ ਰੋਸ਼ਨ ਆ ਰਹੀ ਹੈ। ਤੇ ਉਸ ਤੋਂ ਇਲਾਵਾ ਪੱਲਵੀ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਮੇਰਾ ਨਾਮ ਪੱਲਵੀ ਆ, ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿੱਚ ਪੜ੍ਹਦੀ ਹਾਂ। ਸਾਡੇ ਸਕੂਲ ਦੇ ਪ੍ਰਿੰਸੀਪਲ ਦਾ ਨਾਮ ਰਾਜੀਵ ਮਹਾਜਨ ਹੈਗਾ। ਮੈਂ 8ਵੀਂ 'ਚ 600 ਵਿੱਚੋਂ 592 ਨੰਬਰ ਲੈ ਕੇ ਮੈਰਿਟ ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਮੈਨੂੰ ਬਹੁਤ ਖੁਸ਼ੀ ਆ ਕਿ ਇੰਨੀ ਮਿਹਨਤ ਤੋਂ ਬਾਅਦ ਮੇਰਾ ਮੈਨੂੰ ਇਹ ਮੁਕਾਮ ਹਾਸਿਲ ਹੋਇਆ ਅਤੇ 16 ਤਰੀਕ ਨੂੰ ਸਾਨੂੰ ਸਾਡੇ ਰਾਜ ਦੇ ਰਾਜਪਾਲ ਜੀ ਸਨਮਾਨਿਤ ਕਰਨ ਲੱਗੇ ਆ। ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੈਨੂੰ ਰਾਜਪਾਲ ਜੀ ਸਨਮਾਨਿਤ ਕਰਨਗੇ ਅਤੇ ਹੁਣ ਮੈਂ 16 ਤਰੀਕ ਨੂੰ ਜਾਣਾ ਉੱਥੇ। ਸਾਡੇ ਸਕੂਲ ਵਿੱਚ ਇਕੱਲੀ ਮੈਂ ਹੀ ਹਾਂ ਅਤੇ ਹੋਰ ਬੱਚੇ ਨਹੀਂ ਹੈ। ਸਾਡੇ ਪੂਰੇ ਜ਼ਿਲ੍ਹੇ ਵਿੱਚੋਂ 12 ਬੱਚੇ ਸਿਲੈਕਟ ਹੋਏ ਆ, ਉਹਨਾਂ ਵਿੱਚੋਂ ਇੱਕ ਮੈਂ ਹਾਂ ਅਤੇ ਬੜੀ ਖੁਸ਼ੀ ਹੋਣ ਦੀ ਕਿ ਮੇਰਾ ਨਾਮ ਵੀ ਆਇਆ। ਸਾਡੇ ਟੀਚਰਾਂ ਨੇ ਦੱਸਿਆ ਕਿ ਅਸੀਂ ਸਵੇਰੇ 5 ਵਜੇ ਸਕੂਲੇ ਪਹੁੰਚਣਾ ਅਤੇ 5:15 ਜਾਂ 5:45 ਤੱਕ ਅਸੀਂ ਚੱਲ ਪੈਣਾ। ਸਕੂਲੇ ਵੀ ਜਦੋਂ ਟਾਈਮ ਮਿਲਦਾ ਉਦੋਂ ਪੜ੍ਹਦੇ ਸੀ ਅਤੇ ਘਰ ਆ ਕੇ ਵੀ ਜਦੋਂ ਘਰ ਦਾ ਕੰਮ ਵਗੈਰਾ ਕਰਕੇ ਜਦੋਂ ਟਾਈਮ ਮਿਲਦਾ ਅਸੀਂ ਪੜ੍ਹਦੇ ਸੀ। ਜਿੰਨਾ ਟਾਈਮ ਮਿਲਦਾ ਉਨਾ ਪੜ੍ਹਿਆ ਕਰੋ ਅਤੇ ਫੋਨ ਘੱਟ ਚਲਾਇਆ ਕਰੋ, ਇੰਸਟਾਗ੍ਰਾਮ ਵਗੈਰਾ। ਹਾਂਜੀ, ਮੇਰਾ ਨਾਮ ਰਤਨ ਚੰਦ ਹੈ ਅਤੇ ਮੈਂ ਕਿੱਤੇ ਪੱਖੋਂ ਟੇਲਰ ਹਾਂ ਜੀ ਅਤੇ ਮੇਰੇ 3 ਬੱਚੇ ਨੇ, ਵੱਡੀ ਬੇਟੀ ਨਵਿਆ, ਛੋਟੀ ਪੱਲਵੀ ਅਤੇ ਬੇਟਾ ਵਿਮਾਂਸੂ। ਅਸੀਂ ਇੱਕ ਛੋਟਾ ਜਿਹਾ ਪਰਿਵਾਰ ਹੈ ਅਤੇ ਬੱਚੇ ਕਾਫੀ ਮਿਹਨਤ ਕਰਦੇ ਆ, ਪੜ੍ਹਦੇ ਆ, ਨਾਲ ਸਾਡੀ ਹੈਲਪ ਵੀ ਕਰਾਉਂਦੇ ਆ ਅਤੇ ਘਰ ਦੇ ਕੰਮਾਂ ਵਿੱਚ ਵੀ ਅਤੇ ਮੇਰੇ ਆਪਣੇ ਕੰਮ ਵਿੱਚ ਵੀ ਕਰਵਾਉਂਦੇ ਆ ਅਤੇ ਕਾਫੀ ਦੇਰ ਰਾਤ ਤੱਕ ਪੜ੍ਹਦੇ ਆ ਅਤੇ ਮਤਲਬ ਇੱਕ ਆਪਣੇ ਮਾਂ ਪਿਓ ਹੈਲਪ ਕਰਕੇ ਇੱਕ ਚੰਗੇ ਬੱਚੇ ਹੋਣ ਦਾ ਪਰੂਫ ਦਿੰਦੇ ਆ ਅਤੇ ਮੇਨ ਗੱਲ ਹੈ ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਠੀਕ ਦਿੰਦੇ ਆ ਅਤੇ ਇਹਦਾ ਮਤਲਬ ਪਰੂਫ ਤੁਹਾਡੇ ਸਾਹਮਣੇ ਹੈ ਕਿ ਬੱਚਾ ਅੱਜ ਰਾਜਪਾਲ ਜੀ ਨਾਲ ਮੁਲਾਕਾਤ ਕਰ ਰਿਹਾ ਹੈ, ਉਹ ਆਪਣੀ ਮਿਹਨਤ ਸਦਕੇ ਆ। ਦੇਖੋ, ਇਹ ਇੱਕ ਵਧੀਆ ਉਪਰਾਲਾ ਵਾ, ਇਹਦੇ ਨਾਲ ਬੱਚੇ ਵੱਧ ਵੱਧ ਮਿਹਨਤ ਕਰਨਗੇ ਅਤੇ ਕਾਮਯਾਬ ਹੋਣਗੇ, ਬੱਚੇ ਕਾਮਯਾਬ ਹੋਣਗੇ ਅਤੇ ਪਰਿਵਾਰ ਕਾਮਯਾਬ ਹੋਣਗੇ ਅਤੇ ਇੱਕ ਵਧੀਆ ਪੰਜਾਬ ਦੀ ਉਸਾਰੀ ਹੋਵੇਗੀ ਅਤੇ ਕਿਉਂਕਿ ਅਗਲੀ ਨੀਂਹ ਜਿਹੜੀ ਅੱਗੇ ਬੱਚਿਆਂ ਨੇ ਹੀ ਇਸ ਆਪਣੇ ਦੇਸ਼ ਨੂੰ ਜਾਂ ਪੰਜਾਬ ਨੂੰ ਸੰਭਾਲਣਾ ਵਾ। ਜੇ ਬੱਚੇ ਵਧੀਆ ਹੋਣਗੇ ਤਾਂ ਮਾਹੌਲ ਵਧੀਆ ਹੋਊਗਾ, ਵਾਤਾਵਰਨ ਵਧੀਆ ਹੋਊਗਾ, ਇਹ ਸ਼ਲਾਘਾਯੋਗ ਹੈ।